ਉਹ ਵੀ ਬਹਿ ਕੇ ਗਏ ਸਾਡੀ ਸਮਾ ਨੂੰ ਕੁਝ ਕਰਕੇ ਗਏ ਉਹ ਵੀ ਆਣ ਕੇ ਬਹਿ ਕੇ ਗਏ ਜੀ ਇੱਥੇ ਮੁੱਖ ਮੰਤਰੀ ਕੈਪਟਨ ਸਾਹਿਬ ਜੀ ਉਹ ਵੀ ਬਹਿ ਕੇ ਗਏ ਨੇ ਨਰੰਦਨ لال ਪਾਟਿਆ ਜੀ ਉਹ ਵੀ ਆਏ ਨੇ ਪ੍ਰੋਫੈਸਰ ਦਰਬਾਰੀ لال ਜੀ ਉਹ ਵੀ ਇੱਥੇ ਆਏ ਜਿਹੜਾ ਉਹ ਹੁੰਦੇ ਸੀ ਸਾਡੇ ਇਲਾਕੇ ਚ ਸਾਰੇ ਇੱਥੋਂ ਹੋ ਕੇ ਜਾਂਦੇ ਤੁਸੀਂ ਦੇਖ ਰਹੇ ਹੋ ਬਾਈ ਜੀ ਟੀਵੀ ਮੈਂ ਹਾਂ ਮੁਕੇਸ਼ ਮਹਿਰਾ ਗੱਲ ਕਰਦੇ ਹਾਂ ਅੰਮ੍ਰਿਤਸਰ ਦੇ ਇਤਿਹਾਸ ਦੀ ਤੇ ਅੰਮ੍ਰਿਤਸਰ ਦਾ ਇਤਿਹਾਸ ਆਪਣੇ ਅੰਦਰ ਕਈ ਇਤਿਹਾਸਿਕ ਜਾਂਦਾਂ ਸਮੇਟੀ بیٹھا ਹੈ ਅੱਜ ਅਸੀਂ ਅੰਮ੍ਰਿਤਸਰ ਦੇ ਵੱਡਾ ਮੰਜਾ ਚੌਂਕ ਵਿੱਚ ਮੌਜੂਦਾ ਤਾਂ ਵੱਡਾ ਮੰਜਾ ਵੀ ਤੁਹਾਨੂੰ ਇੱਥੇ ਦਿਖਾ ਦਿੰਨੇ ਆ ਇਹ ਅੰਮ੍ਰਿਤਸਰ ਦਾ ਵੱਡਾ ਮੰਜਾ ਕਿਹਾ ਜਾਂਦਾ ਹੈ ਜਦੋਂ ਪ੍ਰਜਾਪਤੀ ਬਰਾਦਰੀ ਵੱਲੋਂ ਅੱਜ ਤੋਂ 65 ਸਾਲ ਪਹਿਲਾਂ ਇੱਥੇ ਮੰਜਾ ਲਗਾਇਆ ਗਿਆ ਸੀ ਜਦੋਂ ਪਿੰਡਾਂ ਵਿੱਚ ਵੱਡੀਆਂ ਸੱਥਾਂ ਹੁੰਦੀਆਂ ਸੀ ਤਾਂ ਪਿੰਡਾਂ ਦੇ ਲੋਕ ਸੱਥਾਂ 'ਚ ਬੈਠ ਕੇ ਫੈਸਲੇ ਕਰਦੇ ਸੀ ਤਾਂ ਉਸ ਸਮੇਂ ਪ੍ਰਜਾਪਤੀ ਬਰਾਦਰੀ ਵੱਲੋਂ ਅੰਮ੍ਰਿਤਸਰ ਦੇ ਟੈਲੀਫੋਨ ਐਕਸਚੇਂਜ ਵਿੱਚ ਇਹ ਵੱਡਾ ਮੰਜਾ ਲਗਾਇਆ ਗਿਆ ਸੀ ਕਿਹਾ ਜਾਂਦਾ ਹੈ ਕਿ ਏਸ਼ੀਆ ਦਾ ਸਭ ਤੋਂ ਵੱਡਾ ਮੰਜਾ ਚ ਮੰਜਾ ਹੈ ਇਹ ਇਸ ਤੋਂ ਇਲਾਵਾ ਹੋਰ ਕੋਈ ਐਡਾ ਵੱਡਾ ਮੰਜਾ ਨਹੀਂ ਬਣਿਆ ਤਾਂ ਇਸ ਮੰਜੇ ਦੀ ਇਤਿਹਾਸ ਦੀ ਗੱਲ ਕਰੀਏ ਤਾਂ 65 ਸਾਲ ਪਹਿਲੇ ਜਿਸ ਤਰ੍ਹਾਂ ਕਿ ਪ੍ਰਜਾਪਤੀ ਬਰਾਦਰੀ ਵੱਲੋਂ ਇਹ ਮੰਜਾ ਬਣਾਇਆ ਗਿਆ ਸੀ ਤਾਂ ਉਦੋਂ ਤੋਂ ਰਾਹਗੀਰ ਇਸ ਮੰਜੇ ਤੇ ਬੈਠ ਕੇ ਆਪਣੀ ਠਿਕਾਵਟ ਜਿੱਥੇ ਦੂਰ ਕਰਦੇ ਹੈ ਤੇ ਉੱਥੇ ਹੀ ਸਥਾਨਕ ਲੋਕ ਵੀ ਸ਼ਾਮ ਵੇਲੇ ਇਸ ਮੰਜੇ ਤੇ ਬੈਠ ਕੇ ਗੱਲਾਂ ਬਾਤਾਂ ਕਰਦੇ ਆ ਤੇ ਆਨੰਦ ਮਾਂਦੇ ਆ ਇਸ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਦੋਂ ਸੈਲਾਨੀ ਇੱਥੇ ਪਹੁੰਚਦੇ ਆ ਸੈਲਾਨੀ ਐਸੇ ਇੱਥੇ ਆ ਕੇ ਇਸ ਮੰਝੇ ਦੇ ਨਾਲ ਫੋਟੋਆਂ ਖਿਚਾਉਂਦੇ ਹੋਏ ਵੀ ਦਿਖਾਈ ਦਿੰਦੇ ਆ ਜਿੱਥੇ ਪਿੰਡਾਂ ਦੀਆਂ ਸੱਤਾਂ ਤੋਂ ਰਾਜਨੀਤੀ ਸ਼ੁਰੂ ਹੁੰਦੀ ਹੈ ਪੰਚਾਇਤਾਂ ਲੱਗਦੀਆਂ ਤਾਂ ਉੱਥੇ ਹੀ ਪੁਰਾਣੇ ਸਮੇਂ ਵਿੱਚ ਜਿਹੜੀ ਅੰਮ੍ਰਿਤਸਰ ਸ਼ਹਿਰ ਦੀ ਰਾਜਨੀਤੀ ਇਸ ਵੱਡੇ ਮੰਜੇ ਤੋਂ ਸ਼ੁਰੂ ਹੁੰਦੀ ਸੀ ਕਿਹਾ ਜਾਂਦਾ ਹੈ ਕਿ ਇਸ ਸਮੇਂ ਪੰਜਾਬ ਦੇ ਜਿਹੜੇ ਉਪ ਮੁੱਖ ਮੰਤਰੀ ਸੀ ਓਮ ਪ੍ਰਕਾਸ਼ ਸੋਨੀ ਉਹ ਵੀ ਕਈ ਵਾਰ ਇਸ ਵੱਡੇ ਮੰਜੇ ਤੇ ਆ ਕੇ ਆਪਣੀ ਰਾਜਨੀਤੀ ਜਿਹੜੀ ਆ ਕਰ ਚੁੱਕੇ ਆ ਲੋਕਾਂ ਨੂੰ ਆਪਣੀ ਰਾਜਨੀਤੀ ਬਾਰੇ ਗੱਲਬਾਤ ਕਰ ਚੁੱਕੇ ਆ ਤਾਂ ਇਸ ਵੱਡੇ ਮੰਜੇ ਤੇ ਕਈ ਰਾਜਨੀਤਿਕ ਚਿਹਰੇ ਆ ਕੇ ਵੀ ਆਨੰਦ ਮਾਣ ਚੁੱਕੇ ਆ ਤਾਂ ਇੱਥੇ ਕਈ ਪੀੜ੍hiyan ਜਿਹੜੀਆਂ ਇਸ ਮੰਜੇ ਨੂੰ ਦੇਖਦੇ ਆ ਹੋ ਗੀਆਂ ਜਦੋਂ ਸਥਾਨਕ ਲੋਕਾਂ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਕਿ ਤਿੰਨ ਪੀੜ੍hiyan ਤੋਂ ਚਾਰ ਪੀੜ੍hiyan ਤੋਂ ਅਸੀਂ ਇਹ ਮੰਜਾ ਇੱਥੇ ਦੇਖ ਰਹੇ ਆ ਪਹਿਲੇ ਕਾਫੀ ਵੱਡਾ ਮੰਜਾ ਹੁੰਦਾ ਸੀ ਲੇਕਿਨ ਟ੍ਰੈਫਿਕ ਦੀ ਸਮੱਸਿਆ ਨੂੰ ਦੇਖਦੇ ਹੋਏ ਇਸ ਚੌਂਕ ਨੂੰ ਚੌਂਕ ਨੂੰ ਦੇਖਦੇ ਹੋਏ ਇਸ ਮੰਜੇ ਨੂੰ ਥੋੜਾ ਛੋਟਾ ਕਰ ਦਿੱਤਾ ਤਾਂ ਸਥਾਨਕ ਲੋਕ ਇੱਥੇ ਮੌਜੂਦ ਹੈ ਮੌਜੂਦਾ ਗੱਲਬਾਤ ਕਰਦੇ ਆ ਭਾਜੀ ਕੀ ਨਾਮ ਹੈ ਤੁਹਾਡਾ ਤੇ ਕਦੋਂ ਤੋਂ ਇੱਥੇ ਰਹਿ ਰਹੇ ਸਰ ਮੇਰਾ ਜੀ ਸੋਨੂੰ ਪਹਿਲਾਂ ਪ੍ਰਧਾਨ ਪਰਜਾ ਬਰਾਦੀ ਦਾ ਮੈਂ ਇੱਥੇ ਜੀ ਜੀ ਅਤੇ ਜੀ ਪ੍ਰਜਾਪਤੀ 브ਰਾਦਰੀ ਦੇ ਪ੍ਰਧਾਨ ਜੀ ਤੇ ਜਿਹੜਾ ਮੰਜੇ ਦੀ ਗੱਲ ਕਰ ਰਹੇ ਆ ਇਹ ਵੀ ਪ੍ਰਜਾਪਤੀ 브ਰਾਦਰੀ ਵੱਲੋਂ ਹੀ ਜਿਹੜਾ ਪਬਲਿਸ਼ ਕੀਤਾ ਗਿਆ ਸੀ ਅੱਜ ਤੋਂ 65 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਕੀ ਕਹਿਣਾ ਚਾਹੋਗੇ ਇਸ ਮੰਜੇ ਬਾਰੇ ਇਹ ਜੀ ਸਾਡਾ 70 ਸਾਲ ਪੁਰਾਣਾ ਇਤਿਹਾਸਕ ਮੰਜਾ ਜੀ ਲੋਕੀ ਦੂਰੋਂ ਦੂਰੋਂ ਆਣ ਕੇ ਇੱਥੇ ਫੋਟੋਆਂ ਖਿਚਾਉਂਦੇ ਨੇ ਇੱਥੇ ਬਿੰਦੇ ਨੇ ਰੈਸਟ ਕਰਦੇ ਨੇ ਬੜਾ ਇੰਜੋਏ ਕਰਕੇ ਜਾਂਦੇ ਨੇ ਬਾਹਰੋਂ ਆਉਂਦੇ ਜ਼ਰੂਰਤ ਕੀ ਸੀ ਕਿ ਅੱਜ ਤੋਂ 65 ਸਾਲ ਪਹਿਲੇ ਇੰਨਾ ਵੱਡਾ ਮੰਝਾ ਜਿਹੜਾ ਬਣਾਇਆ ਗਿਆ ਜਿਹੜਾ ਕਿ ਪੂਰੀ ਵਰਲਡ ਦੇ ਵਿੱਚ ਇਸ ਤੋਂ ਇਲਾਵਾ ਕਿਤੇ ਮੰਝਾ ਨਹੀਂ ਬਣ ਸਕਿਆ ਸਰ ਜ਼ਰੂਰਤ ਤਾਂ ਤੁਹਾਨੂੰ ਪਤਾ ਹੀ ਹੈ ਜੋ ਸਮਾਜ ਨੂੰ ਚਾਹੀਦਾ ਉਹ ਗੱਲ ਕਰਦੇ ਸਮਾਜ ਸਾਡਾ ਹੀ ਇੱਕ ਛੋਟੇ ਲੈਵਲ ਦਾ ਹੀ ਸਾਰਿਆਂ ਨੂੰ ਸ਼ੌਂਕ ਸੀ ਕਿ ਇੱਥੇ ਮਹਿਫਿਲ ਇੱਕ ਲੱਗੇ ਬਜ਼ੁਰਗਾਂ ਦੀ ਵੱਡਿਆਂ ਦੀ ਉਹ ਬਸ ਇੱਕ ਉਹਨਾਂ ਨੂੰ ਇੱਕ ਸ਼ੌਂਕ ਸੀ ਕਿ ਇੱਥੇ ਆਪਾਂ ਪ੍ਰਜਾ ਆਪਣੀ ਬਣਾ ਕੇ ਰੱਖੀਏ ਪ੍ਰਜਾਵਾ ਬਰਾਦੀ ਸਮਾਏ ਵੱਲੋਂ ਜੀ ਜੀ ਸਾਰੇ ਇਕੱਠੇ ਹੋ ਗਏ ਇੱਥੇ ਬਹਿੰਦੇ ਆ ਸਾਰੇ ਐਸਾ ਬਣਾਇਆ ਜੀ 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 ਅਗਰ ਅਸੀਂ ਗੱਲ ਕਰੀਏ ਪਿੰਡਾਂ ਦੀ ਤਾਂ ਪਿੰਡਾਂ ਦੇ ਵਿੱਚ ਸੱਥਾਂ ਦੇਖਣ ਨੂੰ ਮਿਲਦੀਆਂ ਸੀ ਸ਼ਾਮ ਨੂੰ ਬਜ਼ੁਰਗ ਜਾ ਕੇ ਉਹ ਸੱਥਾਂ 'ਚ ਬੈਠਦੇ ਸੀ ਕਈ ਫੈਸਲੇ ਉੱਥੇ ਕੀਤੇ ਜਾਂਦੇ ਸੀ ਜਿਹੜਾ ਪਿੰਡ ਜੋ ਕੋਈ ਝਗੜਾ ਹੁੰਦਾ ਸੀ ਉਹਦਾ ਨਪਟਾਰਾ ਹੁੰਦਾ ਸੀ ਪੰਚਾਇਤਾਂ ਉੱਥੇ ਲੱਗਦੀਆਂ ਸੀ ਕੀ ਇਸ ਜਿਹੜਾ ਮੰਝਾ ਸੀ ਇੱਥੇ ਵੀ ਇਹੀ ਕੁਛ ਚੱਲਦਾ ਸੀ ਅਜ ਤੋਂ 65 ਸਾਲ ਪਹਿਲੇ ਹਾਂਜੀ ਹਾਂਜੀ ਜੀ ਇੱਥੇ 65 ਸਾਲ 70 ਸਾਲ ਤੋਂ ਸਮਾਜ ਐਹੀ ਕਰਦਾ ਆ ਰਿਹਾ ਕਿ ਇੱਥੇ ਸਾਡੀ ਸਰਬਾ ਲੱਗਦੀ ਆ ਬਜ਼ੁਰਗ ਪੁਰਾਣੇ ਬਿੰਦੇ ਆ ਕੋਈ ਛੋਟਾ ਮੋਟਾ ਕੋਈ ਦੁੱਖ ਤਕਲੀਫ ਇੱਥੇ ਡਿਸਾਈਡ ਕੀਤਾ ਜਾਂਦਾ ਸਾਰਾ ਕੀ ਕੋਈ ਮਸਲਾ ਹੋਵੇ ਪਜਾ ਪੁਰਾਣੇ ਬਜ਼ੁਰਗ ਇੱਥੇ ਮਸਲੇ ਹੱਲ ਕਰਦੇ ਹੁੰਦੇ ਸੀ ਜੀ ਜੀ ਜਿਸ ਤਰ੍ਹਾਂ ਤੁਸੀਂ ਦੱਸਦੇ ਪਈ ਕਿ ਹਜੇ ਵੀ ਇਹਦੀ ਵਰਤੋਂ ਬਹੁਤ ਜ਼ਿਆਦਾ ਫਿਰ ਇਹਦੀ ਸਾਂਭ ਸੰਭਾਲ ਕਿਸ ਤਰ੍ਹਾਂ ਕਰਦੇ ਕਿ ਕਿਸ ਤਰ੍ਹਾਂ ਇਹਨੂੰ ਸੰਭਾਲ ਕੇ ਰੱਖਿਆ ਜਾਂਦਾ ਸਰ ਸਾਂਭ ਕੋਈ ਇਦਾਂ ਹੀ ਛੱਤ ਤੋਂ ਪਾਈ ਹੈ ਸਾਂਭਿਆ ਇਦਾਂ ਹੀ ਸਿਆਲ ਤੇ ਜਿਹੜੋ ਮੀਂਹ ਕਣੀ ਆਂਦਾ ਇਹਨੂੰ ਖੜਾ ਕਰਦੀਦਾ ਤਰਕੀਬਾਂ ਇਹਨੂੰ ਸਾਲ ਬਾਅਦ ਇਹਨੂੰ ਨਾਈਦਾ ਸਾਰੀ ਏਰੀ ਕਰੀਦੀ ਵਰਤੋਂ ਸਹੀ ਜਦੋਂ ਇਹਦੀ ਸਾਰੀ ਕਰਦੇ ਜਦੋਂ ਇਹਨੂੰ ਦੁਬਾਰਾ ਸਹੀ ਕਰਦੇ ਕਿੰਨਾ ਸਮਾਂ ਲੱਗਦਾ ਹੈ ਤੇ ਕਿੰਨਾ ਕ ਖਰਚਾ ਆ ਜਾਂਦਾ ਹੈ ਖਰਚਾ ਚਲੋ ਸਰ ਸਾਰੇ ਰਲਵਲ ਕੇ ਜੋ ਵੀ ਆ 20 50 50 ਹਜ਼ਾਰ ਲੱਗਦਾ ਸਾਰੇ ਆਪਾਂ ਵੀਰ ਭਰਾ ਜੋੜ ਕੇ ਪ੍ਰਜਾਪਾ ਸਮਾਜ ਸਾਲ ਸਰ ਇਕੱਠਾ ਕਰਕੇ ਸਾਰਾ ਲਾਂਦੇ ਨੇ ਡੇਢ ਤੋਂ 2 ਮਹੀਨੇ ਲੱਗਦੇ ਐ ਇਹਨੂੰ ਨਾਂ ਤੋਂ ਇਹਦੀ ਸਾਰੀ ਸੈਟਿੰਗ ਕਰਨ ਫਿਰ ਹਜੇ ਵੀ ਸ਼ਾਮ ਨੂੰ ਉਹੀ ਮਾਹੌਲ ਹੁੰਦਾ ਜੋ ਪੁਰਾਣਾ ਪੁਰਾਣੇ ਸਮੇਂ ਚ ਮਾਹੌਲ ਹੁੰਦਾ ਹਜੇ ਵੀ ਸ਼ਾਮ ਨੂੰ ਲੋਕ ਆ ਕੇ ਇੱਥੇ ਬੈਠਦੇ ਹਾਂਜੀ ਹਾਂਜੀ ਜੀ ਹਜੇ ਵੀ ਸ਼ਾਮ ਨੂੰ ਬਿੰਦੇ ਆ ਸੇਰੇ ਬਿੰਦੇ ਆ ਫਿਰ ਕੰਮਕਾਰਾਂ ਤੋਂ ਆਣ ਕੇ ਵਿਹਲੇ ਹੋ ਕੇ 4-5 ਵਜੇ ਤੋਂ ਬਾਅਦ ਸਾਰੇ ਇੱਥੇ ਇਕੱਠੇ ਹੁੰਦੇ ਜੀ ਬਜ਼ੁਰਗ ਸਾਰੇ ਇੱਥੇ ਬਿੰਦੇ ਆ ਜੀ ਉਹੀ ਹਾਸਾ ਮਜ਼ਾਕ ਉਹੀ ਪੁਰਾਣਾ ਚੱਲਦਾ ਜੀ ਤੋ ਕਹਿਆ ਜਾਂਦਾ ਨਾ ਕਿ ਅੱਜ ਕੱਲ ਦੀ ਪੀੜ੍ਹੀ ਕੋ ਜਿਹੜਾ ਟਾਈਮ ਨਹੀਂ ਹੈਗਾ ਟਾਈਮ ਦੀ ਬੜੀ ਕਮੀ ਆ ਨੌਜਵਾਨ ਜਿਹੜੇ ਆ ਉਹ ਮੋਬਾਈਲਾਂ ਤੇ ਬਿਜ਼ੀ ਰਹਿੰਦੇ ਆ ਫਿਰ ਇੱਥੇ ਆ ਕੇ ਗੱਲਾਂ ਬਾਤਾਂ ਹੁੰਦੀਆਂ ਬਜ਼ੁਰਗਾਂ ਦਾ ਸਮਾਂ ਬਤੀਤ ਹੁੰਦਾ ਹਾਂਜੀ ਹਾਂਜੀ ਜੀ ਇੱਥੇ ਬਜ਼ੁਰਗ ਬਹਿੰਦੇ ਆ ਸ਼ਾਮ ਨੂੰ ਮੁੰਡੇ ਖੁੰਡੇ ਸਾਰੇ ਆਪਣੇ ਛੋਟੇ ਵੀਰ ਸਾਰੇ ਵੱਡੇ ਵੀਰ ਜਿੰਨੇ ਵੀ ਇੱਥੇ ਆਣ ਕੇ ਬਹਿੰਦੇ ਆ ਇੱਕ ਦੂਜੇ ਨਾਲ ਆਪਣਾ ਦੁੱਖ ਸਾਂਝਾ ਕਰਦੇ ਹੱਸਮਝਾ ਕਰਦੇ ਆ ਮਾਈਂਡ ਫਰੈਸ਼ ਕਰਦੇ ਇੱਥੇ ਆਣ ਕੇ ਜੀ ਇਹ ਕਾਫੀ ਇਤਿਹਾਸਿਕ ਹੈ ਮੰਝਾ ਫਿਰ ਜਿਹੜੇ ਜਿਹੜੇ ਲੋਕ ਇੱਥੇ ਲੱਗੇ 2 ਕਿਲੋਮੀਟਰ ਦੀ ਦੂਰੀ ਤੇ ਸਚਖੰਡਿ ਦਰਬਾਰ ਸਾਹਿਬ ਹੈ ਜੱਲਿਆਂ ਵਾਲਾ ਬਾਗ ਹੈ ਨਜ਼ਦੀਕ ਬਾਗਾ ਬਾਰਡਰ ਲੋਕ ਆਂਦੇ ਇੱਥੇ ਦੇਖਣ ਫਿਰ ਇਹ ਮੰਝਾ ਵੀ ਦੇਖਣ ਆਉਂਦੇ ਲੋਕ ਦੂਰੋ ਦੂਰੋ ਮੈਂ ਕਹਾਂ ਜੀ ਬੜੀ ਦੂਰੋ ਦੂਰੋ ਇਤਿਹਾਸਕ ਸਾਡਾ ਗੁਰਦੁਆਰਾ ਜੀ ਦਰਬਾਰ ਸਾਹਿਬ ਸਾਡਾ ਲੱਗੇ ਕਿਸਾਟਾ ਵਾ ਲੋਕੀ ਖਾਣਾ ਖਾਣ ਆਂਦੇ ਉੱਤੇ ਇੱਥੇ ਜ਼ਰੂਰ ਬਹਿ ਕੇ ਜਾਂਦੇ ਸਾਰੇ ਫੋਟੋਆਂ ਖਚਾਉਂਦੇ ਆ ਬਹਿ ਕੇ ਫਰੈਸ਼ ਹੋ ਕੇ ਜਾਂਦੇ ਇੱਥੇ ਜੀ ਜੀ ਤਾਂ ਰਾਜਨੀਤੀ ਵੀ ਇੱਥੋਂ ਹੁੰਦੀ ਹੋਏਗੀ ਕਿਉਂਕਿ ਜੇ ਪਿੰਡਾਂ ਦੀ ਸੱਥਾਂ ਦੀ ਗੱਲ ਕਰੀਏ ਤਾਂ ਪੰਚਾਇਤਾਂ ਲੱਗਦੀਆਂ ਰਾਜਨੀਤੀ ਹੁੰਦੀ ਹੁਣ ਫਿਰ ਇੱਥੇ ਵੀ ਇਲੈਕਸ਼ਨਸ ਦਾ ਮਾਹੌਲ ਹੈ ਕਿ ਇੱਥੇ ਆ ਕੇ ਰਾਜਨੀਤੀ ਹੁੰਦੀ ਹੈ ਇਸ ਅਮੰਝੇ ਤੇ ਹਾਂਜੀ ਹਾਂਜੀ ਆਂਦੇ ਆ ਜੀ ਸਾਡੇ ਪਿੱਛੇ ਉਹ ਕਾ ਸੋਨੀ ਜੀ ਆਏ ਸੀ ਉਹ ਵੀ ਬਹਿ ਕੇ ਗਏ ਸਾਡੀ ਸਮਾ ਨੂੰ ਕੁਝ ਕਰਕੇ ਗਏ ਉਹ ਵੀ ਆਣ ਕੇ ਬਹਿ ਕੇ ਗਏ ਜੀ ਇੱਥੇ ਮੁੱਖ ਮੰਤਰੀ ਕੈਪਟਨ ਸਾਹਿਬ ਜੀ ਉਹ ਵੀ ਬਹਿ ਕੇ ਗਏ ਨੇ ਨਰੰਦ라ਲ ਪਾਟਿਆ ਜੀ ਉਹ ਵੀ ਆਏ ਨੇ ਪ੍ਰੋਫੈਸਰ ਦਰਬਾਰੀ لال ਜੀ ਉਹ ਵੀ ਇੱਥੇ ਆਏ ਜਿਹੜਾ ਉਹ ਹੁੰਦੇ ਸੀ ਸਾਡੇ ਇਲਾਕੇ 'ਚ ਸਾਰੇ ਇੱਥੋਂ ਹੋ ਕੇ ਜਾਂਦੇ ਆ ਜੀ ਕਹਿੰਦਾ ਮਨੋਂ ਰਾਜਨੀਤੀ ਦੇ ਵੱਡੇ ਵੱਡੇ ਚਿਹਰੇ ਵੀ ਇਸ ਮੰਜੇ ਤੇ ਆ ਕੇ ਆਨੰਦ ਮਾਣ ਕੇ ਗਏ ਮਾ ਜੀ ਪੂਰਾ ਪੂਰਾ ਆਨੰਦ ਮਾਣ ਕੇ ਗਿਆ ਉਹਨਾਂ ਨੂੰ ਤੁਸੀਂ ਵੀ ਪੁੱਛ ਲੋਗੇ ਤੇ ਬਾਈਚਾ ਤੁਸੀਂ ਬਾਈਟ ਕਰੋਗੇ ਤੇ ਉਹ ਤੁਹਾਨੂੰ ਸਾਰਾ ਇਤਿਹਾਸ ਦੱਸਣਗੇ ਦਰਬਾਰੀ لال ਜੀ ਸੋਨੀ ਸਾਹਿਬ ਸਾਰਾ ਇਤਿਹਾਸ ਦੱਸਾਂਗੇ ਮੰਜੇ ਦਾ ਜੀ ਆਪਾਂ ਉੱਥੇ ਜਾ ਕੇ ਬਹਿ ਕੇ ਆਪਾਂ ਹੋ ਗਏ ਹੁੰਦੇ ਰੇ ਪੁਰਾਣੇ ਬਜ਼ੁਰਗਾਂ ਨੂੰ ਮਿਲਦੇ ਰੇ ਚਲੋ ਆਪਾਂ ਦੇ ਹੁਣ ਛੋਟੇ ਸੀ ਤਾਂ ਕਰਕੇ ਉਦਾਂ ਬਜ਼ੁਰਗ ਚ ਆ ਜੇ ਵੀ ਆਪਾਂ ਦਰਬਾਰੀ لال ਜਿਉਂ ਸੋਨੀ ਸਾਹਿਬ ਨੂੰ ਮਿਲੀਦਾ ਤੇ ਉਹ ਸਾਨੂੰ ਤੁਹਾਨੂੰ ਸਾਰਾ ਇਤਿਹਾਸ ਦੱਸਣਗੇ ਰੇ ਬੜੇ ਜੀ ਜੀ ਤੁਹਾਡੀ ਕਿੰਨੀਵੀਂ ਪੀੜ੍ਹੀ ਐ ਇਸ ਮੰਜੇ ਨੂੰ ਦੇਖਦੀ ਬਈ ਮੇਰੀ ਸਾਰ ਚੌਥੀ ਪੀੜ੍ਹੀ ਐ ਜੀ ਜੀ ਹਾਂ ਜੀ ਮੰਜਾ ਉਦਾਂ ਦਾ ਉਦਾਂ ਹੀ ਐ ਜਾਂ ਛੋਟਾ ਵੱਡਾ ਕੀਤਾ ਕੋਈ ਇਹ ਹੁਣ ਸਾਡੇ ਦੋਗ ਪੀੜ੍ਹੀ ਐ ਛੋਟਾ ਥੋੜਾ ਕੀਤਾ ਪਹਿਲਾਂ ਬਹੁਤ ਵੱਡਾ ਹੁੰਦਾ ਸੀ ਕੁਝ ਰੱਸ਼ ਕਰਕੇ ਇਸ ਕਰਕੇ ਟ੍ਰੈਫਿਕ ਕਰਕੇ ਜੀ 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 ਤਾਂ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੇ ਵੱਡੇ ਮੰਜੇ ਦੀਆਂ ਇੱਕ ਮੰਜੇ ਦੇ ਉੱਤੇ ਜਿੱਥੇ ਪ੍ਰਜਾਪਤੀ ਬਰਾਦਰੀ ਦੇ ਲੋਕ ਆ ਕੇ ਲੋਕ ਆ ਕੇ ਜਿਹੜਾ ਇੱਥੇ ਗੱਲਬਾਤ ਕਰਦੇ ਦਿਖਾਈ ਦਿੰਦੇ ਆ ਸ਼ਾਮ ਵੇਲੇ ਸਾਥ ਜਿਹੜੀ ਇਸ ਮੰਜੇ ਦੇ ਉੱਤੇ ਲੱਗਦੀ ਆ ਤਾਂ ਉੱਥੇ ਹੀ ਰਾਜਨੀਤੀ ਚਾਰਿਆਂ ਦੀ ਗੱਲ ਕਰੀਏ ਤਾਂ ਰਾਜਨੀਤੀ ਦੇ ਵੱਡੇ ਚਿਹਰੇ ਜਿਹੜੇ ਆ ਇਸ ਮੰਜੇ ਦੇ ਆ ਕੇ ਰਾਜਨੀਤੀ ਕਰ ਚੁੱਕੇ ਆ ਪੰਜਾਬ ਦੇ ਉਪ ਮੁੱਖ ਮੰਤਰੀ ओम प्रकाश सोनी ਵੀ ਜਿਹੜੇ ਆ ਇਸ ਮੰਝੇ ਦੇ ਉੱਤੇ ਆ ਕੇ ਰਾਜਨੀਤੀ ਕਰ ਚੁੱਕੇ ਕਿਉਂਕਿ ਪ੍ਰਜਾਪਤੀ ਬਰਾਦਰੀ ਵੱਲੋਂ ਇਹ ਮੰਝਾ ਜਿਹੜਾ ਬਣਾਇਆ ਗਿਆ ਸੀ ਅੱਜ ਤੋਂ 65 ਸਾਲ ਤੋਂ ਵੱਧ ਸਮਾਂ ਜਿਹੜਾ ਹੋ ਗਿਆ ਇਸ ਮੰਝੇ ਨੂੰ ਪਹਿਲੇ ਇਹ ਮੰਝਾ ਕਾਫੀ ਵੱਡਾ ਹੁੰਦਾ ਸੀ ਲੇਕਿਨ ਹੁਣ ਟ੍ਰੈਫਿਕ ਨੂੰ ਮੱਦੇਨਜ਼ਰ ਰੱਖਦੇ ਹੋਏ ਮੰਝਾ ਥੋੜਾ ਜਿਹਾ ਛੋਟਾ ਜ਼ਰੂਰ ਕੀਤਾ ਲੇਕਿਨ ਉਹਨਾਂ ਨੇ ਕਹਿਣਾ ਕਿ ਹਰ ਸਾਲ ਇਸ ਮੰਝੇ ਦੀ ਉਸਾਰੀ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਤਾਂ ਕਿ ਇਤਿਹਾਸ ਹੀ ਅੰਮ੍ਰਿਤਸਰ ਦਾ ਇਹ ਵੱਡਾ ਮੰਝਾ ਜਿਹੜਾ ਕਿ ਅਸੀਂ ਆਪਣੇ ਚੈਨਲ ਬਾਈਜੀ ਟੀਵੀ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕੈਮਰਾਮੈਨ ਪ੍ਰਦੀਪ ਦੇ ਨਾਲ ਮੁਕੇਸ਼ ਮਹਿਰਾ 22 ਜੀ ਟੀਵੀ ਅੰਮ੍ਰਿਤਸਰ